ਹੁੰਦੀ ਆ ਸਫਾਈ ਦੀ ਆਪਾਂ ਤਾਂ ਬਈ ਜਿਹੜੀ ਗੱਲ ਸੱਚੀ ਆ ਉਹੀ ਦੱਸਦੇ ਆ ਐ ਨਹੀਂ ਹੈਗਾ ਵੀ ਲੋਕਾਂ ਵਾਂਗੂ ਕਿਤੇ ਕੁਛ ਦਿਖਾਤਾ ਰੀਅਲ ਆ ਤੁਹਾਡੇ ਸਾਹਮਣੇ ਆ ਕਿਉਂ ਭਾਵੇਂ ਬਾਈ ਹੈ ਗੱਲਬਾਤ ਬਾਈ ਨਜ਼ਾਰਾ ਆ ਗਿਆ ਅਤੇ ਮੇਰੇ ਬਾਈ ਹੁਰੀ ਕੰਮ ਕਰਨ ਲੱਗੇ ਨੇ ਬਾਕੀ ਇਹ ਜ਼ਿਮੀਂਦਾਰਾਂ ਦੀ ਮੁੰਡੇ ਨੇ ਕੋਈ ਐਂ ਮਿਸਤਰੀ ਵਾਲਾ ਕੰਮ ਨਹੀਂ ਹੈਗਾ ਬਾਕੀ ਤਸੇਮ ਜੇ ਕਿਸੇ ਨੇ ਕਰਾਉਣਾ ਹੋਵੇ ਬਾਈ ਕਿੰਨੇ ਪੈਸੇ ਲੱਗਦੇ ਨੇ ਕੋਈ ਵੀ ਟੈਕਟਰ ਦੇ ਆਈ ਆ ਪਰ ਅੱਗੇ ਜੇ ਸਾਡੀ ਵੀਡੀਓ ਦੇਖ ਕੇ ਆਉਂਦਾ ਕੋਈ ਕੋਈ ਮਾਨਤਾ ਉਹਦਾ ਲਾਲਾ ਪ੍ਰਾਈਜ਼ ਮੰਗੋ ਅੰਦੇ ਆਪਣਾ ਦੇਖੋ ਇਹ ਬੰਦ ਹੋਣਾ ਹੁੰਦਾ ਟੈਕਟਰ ਬੰਦ ਹੋ ਜਾਂਦਾ ਬਾਈ ਦੇਖੋ ਐਨ ਤੁਸੀਂ ਨਾ ਕੋਈ ਚੱਲ ਰਿਹਾ ਆਰਪੀਐਮ ਵੀ ਦਿਖਾ ਦੇ ਦੇਖ ਦੇ ਕੰਨਾ ਵੀ ਫੁੱਟ ਕੱਟਿਆ ਹੋਇਆ ਆਰਪੀਐਮ ਦਿਖਾ ਦੇ ਦੇ ਹਾਂਜੀ ਸਵਾਗਤ ਹੈ ਤੁਹਾਡਾ ਟਰੈਕਟਰ ਰਣਜੀਤ ਇਨਫੋਰਮੇਸ਼ਨ ਚੈਨਲ 'ਤੇ ਅਤੇ ਅੱਜ ਅਸੀਂ ਵੀਡੀਓ ਬਣਾ ਰਹੇ ਹਾਂਗਾ 50-50 D ਦੀ 4-wheel ਟਰੈਕਟਰ ਆ ਜਿਹੜਾ ਤੁਹਾਨੂੰ ਦੱਸਿਆ ਸੀ ਵੀ ਤਰਸੇਮ ਆਪਣਾ ਬਾਈ ਕੰਮ ਕਰਦਾ ਤਰਸੇਮ ਅਤੇ ਕੁਲਦੀਪ ਦੋਵੇਂ ਕੰਮ ਕਰਦੇ ਨੇ ਪਾਰਟਨਰਸ਼ਿਪ ਇਹਨਾਂ ਦੀ ਵਰਕਸ਼ਾਪ ਦੇ ਵਿੱਚ ਅਤੇ ਅੱਜ ਤੁਹਾਨੂੰ ਦਿਖਾਵਾਂਗੇ ਵੀ ਜਿਹੜਾ ਇਹ ਗੇਅਰ ਲਾਉਂਦੇ ਨੇ ਹੈ ਨਾ ਪਹਿਲਾਂ ਤਾਂ ਇਹ ਦੱਸੋ ਤਰਸੇਮ ਕਿਹੜੇ ਕਿਹੜੇ ਟਰੈਕਟਰਾਂ ਦੇ ਗੇਅਰ ਲਾਉਣੇ ਆ ਬਾਈ ਆਪਾਂ ਸਾਰਿਆਂ ਦੇ ਲੱਗਣਾ ਫਿਰ ਆਈਡੀਆ ਜਿਵੇਂ ਅਰਜਨ ਹੋਇਆ ਅਰਜਨ ਜੌੜੀਆ ਦਾ ਸੋਨਾਲਿਕਾ 800 ਮਾਰੋ ਕਿ ਜਿਹੜੇ 2-speed ਟਰੈਕਟਰ ਨੇ ਸਾਰਿਆਂ ਦੇ ਲੱਗ ਜਾਂਦਾ ਹਰੇਕ ਦੇ ਕਿੱਟ ਲੱਗ ਜਾਂਦੀ ਆ ਅਤੇ ਬਾਕੀ ਅੱਜ ਤੁਹਾਨੂੰ ਟਰੈਕਟਰ ਦਿਖਾਉਂਦੇ ਹਾਂਗੇ ਇੱਧਰ ਆਓ ਜੀ ਆਹ ਗੇਅਰ ਲਾਇਆ ਬਾਈ ਇਹਨਾਂ ਨੇ ਹੈ ਨਾ ਜਿਵੇਂ ਆਪਾਂ ਵੀਡੀਓ 'ਚ ਦਿਖਾਇਆ ਸੀ ਉਦੋਂ ਤੁਹਾਨੂੰ 9 ਫੁੱਟ ਰੂਟਾਵੀਟਰ ਖਿਚਾਇਆ ਸੀਗਾ ਆਪਾਂ ਹਰਮਨ ਹੋਰਾਂ ਦੇ ਟਰੈਕਟਰ 'ਤੇ ਅਤੇ ਉਹ ਗੇਅਰ ਆ ਅਤੇ ਆਪਾਂ ਅੱਜ ਤੁਹਾਨੂੰ ਡੈਮੋ ਦਿਖਾਵਾਂਗੇ ਅਤੇ ਇਹ ਰਾਮਪੁਰਾ ਫੂਲ ਤੋਂ ਆਇਆ ਜੀ ਟਰੈਕਟਰ ਵੀਡੀਓ ਦੇਖ ਕੇ ਆਪਾਂ ਵੀਡੀਓ ਪਾਈ ਸੀ ਜਿਹੜੀ 50-50 D ਟਰੈਕਟਰ ਦੀ ਹਰਮਨ ਵਾਲੇ ਚੈਨਲ 'ਤੇ ਆਹ ਬਾਈ ਦਾ ਚੈਨਲ ਸੀਗਾ ਇਹਦੇ ਆਪਾਂ ਵੀਡੀਓ ਪਾਈ ਸੀ ਇਹਨਾਂ ਦੇ ਟਰੈਕਟਰ ਹੋਏ ਨੂੰ 3 ਸਾਲ ਹੋ ਗਏ 3-speed ਟਰੈਕਟਰ ਨੂੰ ਕੋਈ ਹਾਰਮਲ ਕੋਈ ਪ੍ਰੋਬਲਮ ਨਹੀਂ ਆਈ ਕੋਈ ਕੰਪਲੇਂਟ ਨਹੀਂ ਹੈਗੀ ਬਾਕੀ 9 ਫੁੱਟਾ ਰੂਟਾਵੀਟਰ ਖਿਚਾਇਆ ਉਹਦੇ ਮੰਗ ਤੇ 9 ਫੁੱਟਾ ਸੁਪਰ ਸੀਡਰ ਵੀ ਖਿਚਾ ਕੇ ਦਿਖਾਵਾਂਗੇ ਅੱਜ ਆਪਣੇ ਕੋਲੇ 8 ਫੁੱਟਾ ਅਵੇਲੇਬਲ ਆ ਇਸ ਟਾਈਮ ਤੇ ਆਪਾਂ 8 ਫੁੱਟਾ ਚਲਾ ਰਹੇ ਹਾਂ ਹਾਂ ਪੰਮੇ ਬਾਈ ਕੀ ਹਾਲ ਹੈ ਵਧੀਆ ਵੀਰੇ ਤੁਸੀਂ ਓਕੇ ਆ ਲੈ ਪੰਮੇ ਸਾਨੂੰ ਚਲਾ ਕੇ ਦਿਖਾ ਬਾਈ ਇਹ ਪਹਿਲਾਂ ਉਹ ਚੀ ਲਾ ਲਈ ਵੀਰੇ ਪਹਿਲਾਂ ਕੰਪਨੀ ਵਾਲੇ ਚਲਾਈਏ ਕੰਪਨੀ ਵਾਲੇ ਤੇ ਚਲਾ ਕੇ ਦਿਖਾਵਾਂਗੇ ਤੇ ਕਿੰਨਾ ਫਰਕ ਹੈ 100 ਜਿਆਦਾ ਕਰ ਲਈ ਵੀਰੇ 1600 ਕਰ ਲਾ 1600 ਤੇ ਕਰ ਲਾ ਸਾਨੂੰ ਤਾਂ ਹੋ ਜਾਵੇ ਦੋਵੇਂ ਨਹੀਂ ਤਾਂ ਥੱਲੇ ਧਰ ਕੇ ਬੈਠੋ ਮੈਂ ਲਓ ਜੀ ਹੋ ਗਿਆ ਕੰਮ ਇਹਦਾ ਹੋ ਗਿਆ ਕੰਮ ਹੋ ਗਿਆ ਇਹ ਕੰਪਨੀ ਦਾ ਹਾਈ ਗੇਅਰ ਹੈ ਜੀ ਦੇਖੋ ਉਹਦੇ 'ਚ ਕਿੰਨੇ ਆਰਪੀਐਮ ਡ੍ਰੌਪ ਕਰਕੇ ਚੱਲ ਰਿਹਾ ਟਰੈਕਟਰ ਬੰਦ ਹੋ ਗਿਆ ਹਣਾ ਪੰਮੇ ਹੋ ਗਿਆ ਬੰਦ ਕੋਈ ਸ਼ੱਕ ਨਹੀਂ ਬਾਈ ਲੀਵਰ ਜੋ ਹੀ ਥੱਲੇ ਸੀਗੇ ਆਪਾਂ ਦਿਖਾਤੇ ਤੇ ਹੁਣ ਲਾ ਤਰਸੇਮ ਵਾਲਾ ਗੇਅਰ ਛੋਟਾ ਗੇਅਰ ਵੀਡੀਓ ਕੋਈ ਨਹੀਂ ਪਰ ਲੀਵਰ ਦਿਖਾ ਦੇ ਉੱਧਰ ਦੀ ਸਾਈਡ ਜਾ ਕੇ ਸਹੀ ਕਹਿੰਦੇ ਨੇ ਵੀ ਆਰ ਤੇ ਦੇਖ ਲਾ ਵੀ ਕੁਛ ਦਿਖਾਤਾ ਰੀਅਲ ਆ ਤੁਹਾਡੇ ਸਾਹਮਣੇ ਆ ਕਿਉਂ ਭਾਵੇਂ ਬਾਈ ਹੈ ਗੱਲਬਾਤ ਬਾਈ ਨਜ਼ਾਰਾ ਆ ਗਿਆ ਅਤੇ ਮੇਰੇ ਬਾਈ ਹੁਰੀ ਕੰਮ ਕਰਨ ਲੱਗੇ ਨੇ ਬਾਕੀ ਇਹ ਜ਼ਿਮੀਂਦਾਰਾਂ ਦੀ ਮੁੰਡੇ ਨੇ ਕੋਈ ਐਂ ਮਿਸਤਰੀ ਵਾਲਾ ਕੰਮ ਨਹੀਂ ਹੈਗਾ ਬਾਕੀ ਤਸੇਮ ਜੇ ਕਿਸੇ ਨੇ ਕਰਾਉਣਾ ਹੋਵੇ ਬਾਈ ਕਿੰਨੇ ਪੈਸੇ ਲੱਗਦੇ ਨੇ 25,000 ਰੁਪਏ ਤਾਂ ਕੋਈ ਵੀ ਟੈਕਟਰ ਦੇ ਆਈ ਆ ਪਰ ਅੱਗੇ ਜੇ ਸਾਡੀ ਵੀਡੀਓ ਦੇਖ ਕੇ ਆਉਂਦਾ ਕੋਈ ਕੋਈ ਮਾਨਤਾ ਉਹਦਾ ਮਾਨਤਾ ਵਾਲੀ ਗੱਲ ਹੀ ਹੋਈ ਹੈ ਨਾ ਕੋਈ ਆਪਣਾ ਇਹ ਤਾਂ ਹੈ ਨਹੀਂ ਬਾਈ ਵੀ ਵੀਡੀਓ ਆਪਾਂ ਕਿਸੇ ਤੋਂ ਪੈਸੇ ਲੈ ਲਏ ਕੋਈ ਬਾਈ ਫ੍ਰੀ 'ਚ ਵੀਡੀਓ ਬਣਦੀ ਹੈ ਇਹ ਕੋਈ ਐਂ ਨਹੀਂ ਹੈਗਾ ਵੀ ਆਪਾਂ ਕਿਸੇ ਤੋਂ ਕਿਉਂ ਪੰਮੇ ਬਾਕੀ ਪੰਮੇ ਵਾਲੇ 'ਤੇ ਵੀ ਚਲਾ ਕੇ ਦਿਖਾਵਾਂਗੇ ਪੰਮੇ ਕੋਲੇ ਗੇਅਰ ਪਰਵਾ ਜਿਹੜਾ ਮੋਡੀਫਿਕੇਸ਼ਨ ਹੋਈ ਹੋਈ ਹੈ ਟਰੈਕਟਰ ਦੀ ਪੰਮੇ ਇੱਕ ਉਹ ਬਾਈ ਕਹਿੰਦੇ ਹੁੰਦੇ ਨੇ ਯਾਰ ਕਹਿੰਦੇ ਕੀ ਤੋਂ ਕਰਾਈਏ ਮੋਡੀਫਿਕੇਸ਼ਨ ਕੌਣ ਆ ਬੰਦਾ ਉਹ ਦੱਸ
ਬਈ ਬਿੱਟੂ ਏ ਮੁੰਡਾ ਆਪਣਾ ਸਨਾਮ ਉਹਦੀ ਵਰਕਸ਼ਾਪ ਤੇ ਪਟਿਆਲਾ ਡੀਲ ਵਰਕਸ ਠੀਕ ਆ ਉਹ ਗੇਅਰ ਪ੍ਰੋ ਦੀ ਕੰਮ ਕਰਦਾ ਹੈ 53 ਦਾ ਜੌਂਡੀਅਰ ਦਾ ਕੋਈ ਵੀ ਪੰਪ ਦਾ ਕੰਮ ਕਰਾਉਣਾ ਹੋਵੇ ਕਿਸੇ ਵੀ ਟਰੈਕਟਰ ਦਾ ਕੱਲਾ ਜੌਂਡੀਅਰ ਦਾ ਨਹੀਂ ਕਿਸੇ ਦਾ ਵੀ ਤੇ ਬਾਕੀ ਉਹਦਾ ਨੰਬਰ ਦੇ ਦਾਂਗੇ ਅਸੀਂ ਤੁਹਾਨੂੰ ਹਣਾ ਜੀ ਤੇ ਬਾਕੀ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਬਾਈਆਂ ਨੂੰ ਕੰਮ ਦਿਓ ਬਾਈ ਨਜ਼ਾਰਾ ਹੀ ਆ ਜਾਂਦਾ ਦੇਖ ਕੇ ਆਪਾਂ ਵੀ ਆਪਣਾ 50-50 ਡੀ ਕਰ ਰਹੇ ਹਾਂ ਥੋੜੇ ਜਿਹੇ ਟਾਈਮ ਤੱਕ ਸੋ ਥੈਂਕ ਯੂ ਜੀ ਤੇ ਮਿਸਤਰੀਆਂ ਨੂੰ ਫੋਨ ਕਰ ਕਰਕੇ ਬਸ ਵੀ ਉੱਤੇ ਗਾਣੇ ਦੇ ਉੱਪਰ ਕਰ ਦਿਓ ਚੱਕ ਦਿਓ।